1% 2% ਦੀ ਜਿਹੜੀ ਗੱਲ ਸੁਧੀਰ ਸੂਰੀ ਨੇ ਕੀਤੀ ਹੈ ਉਹ ਉਹਨਾਂ ਸ਼ਰਾਰਤੀ ਤੱਤਵਾਂ ਵਾਸਤੇ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ। ਜਿਹੜੇ ਅੱਤਵਾਦੀਆਂ ਨੇ ਪੰਜਾਬ ਦੇ ਹਿੰਦੂਆਂ ਦਾ ਖੂਨ ਵਹਾਇਆ ਉਹਨਾਂ ਨੂੰ ਤੁਸੀਂ ਪੰਥ ਦੇ ਸ਼ਹੀਦ ਦੱਸਦੇ ਹੋ ਕਿ ਇਹਦੇ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਸਾਡੀਆਂ ਭਾਵਨਾਵਾਂ ਆਹਤ ਨਹੀਂ ਹੁੰਦੀਆਂ। ਦੇਵਾ ਸਿੰਘ ਠਾਕੁਰ ਵਰਗੇ ਸਾਧ ਵੀ ਜਿਹੜੀ ਮਤਲਬ ਸੰਤ ਦੇ ਰੂਪ ਦੇ ਵਿੱਚ ਆ ਕੇ ਬਿਨਾਂ ਕਿਸੇ ਵੀਡੀਓ ਨੂੰ ਦੇਖੇ ਕਿਸੇ ਹਿੰਦੂ ਨੇਤਾ ਦੇ ਉੱਪਰ ਇਸ ਤਰ੍ਹਾਂ ਦਾ ਐਲੀਗੇਸ਼ਨ ਲਾਉਣਾ ਮੈਂ ਬਿਲਕੁਲ ਗਲਤ ਸਮਝਦਾ। ਜਿਹੜੇ DGP ਦਿਨਕਰ ਗੁਪਤਾ ਜੀ ਦੇ ਬਿਆਨ ਨੂੰ ਉਸ ਤਰ੍ਹਾਂ ਪੇਸ਼ ਕਰਨਾ ਇਹ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਕੱਟੜਪੰਥੀ ਲੋਕ ਨੇ ਇਹਨਾਂ ਨੂੰ ਕੋਈ ਨਾ ਕੋਈ ਮਸਾਲਾ ਚਾਹੀਦਾ ਹੁੰਦਾ ਕੋਈ ਨਾ ਕੋਈ ਅਫਵਾਹ ਚਾਹੀਦੀ ਹੁੰਦੀ ਹੈ। ਸ਼ਿਵ ਸੈਨਾ ਦੇ ਨੇਤਾ ਹਨੀ ਮਹਾਜਨ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਇਹ ਮਾਮਲਾ ਕਾਫੀ ਪਖ ਗਿਆ ਸੀ। ਇਸੇ ਦੇ ਚਲਦੇ ਸੁਧੀਰ ਸੂਰੀ ਦਾ ਇੱਕ ਅਜਿਹਾ ਬਿਆਨ ਸਾਹਮਣੇ ਆਇਆ ਸੀ ਜੋ ਕਿ ਮੀਡੀਆ ਦੀ ਸੁਰਖੀਆਂ ਬਣਿਆ ਸੀ, ਜਿਸ ਵਿੱਚ ਹਥਿਆਰ ਖਰੀਦਣ ਦੀ ਗੱਲ ਕਹਿ ਰਹੇ ਸਨ। 2% ਲੋਕਾਂ ਨੂੰ ਹਥਿਆਰਾਂ ਦੇ ਨਾਲ ਖਤਮ ਕਰਨ ਵਾਲੇ ਸੂਰੀ ਦੇ ਇਸ ਬਿਆਨ ਤੇ ਹੁਣ ਉਹਨਾਂ ਦੇ ਹੱਕ ਦੇ ਵਿੱਚ ਹਿੰਦੂ ਯੁਵਾ ਵਾਹਿਨੀ ਦੇ ਪ੍ਰਧਾਨ ਹਿਤੇਸ਼ ਭਾਰਦਵਾਜ ਸਾਹਮਣੇ ਆ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਮੀਡੀਆ ਨੇ ਉਹਨਾਂ ਦੇ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਸੂਈ ਨੇ ਸਿਰਫ 1-2% ਅਤੇ ਸ਼ਰਾਰਤੀ ਤੱਤਵਾਂ ਅਤੇ ਕੱਟੜਪੰਥੀਆਂ ਦੇ ਲਈ ਇਹ ਬਿਆਨ ਦਿੱਤਾ ਸੀ, ਨਾ ਕਿ ਸਿੱਖ ਭਾਈਚਾਰੇ ਦੇ ਲਈ। ਦੇਖੋ ਪਿਛਲੇ ਕੁਛ ਦਿਨਾਂ ਤੋਂ ਤੁਸੀਂ ਦੇਖ ਰਹੇ ਹੋਗੇ ਕਿ ਪੰਜਾਬ ਦੇ ਵਿੱਚ ਹਿੰਦੂ ਨੇਤਾਵਾਂ 'ਤੇ ਹਮਲੇ ਬਹੁਤ ਜ਼ਿਆਦਾ ਹੋ ਰਹੇ ਨੇ। ਪਹਿਲਾਂ ਧਾਰੀਵਾਲ 'ਚ ਇੱਕ ਅਟੈਕ ਹੋਇਆ, ਧਾਰੀਵਾਲ 'ਚ ਇੱਕ ਅਟੈਕ ਹੁੰਦਾ ਆ ਤਾਂ ਉੱਥੇ ਇੱਕ ਸਾਡਾ ਹਿੰਦੂ ਨੇਤਾ ਹਨੀ ਮਹਾਜਨ ਉਹਦੇ ਗੋਲੀਆਂ ਲੱਗਦੀਆਂ ਨੇ ਅਤੇ ਉਹਦੇ ਸਾਥੀ ਦੀ ਮੌਤ ਹੋ ਜਾਂਦੀ ਹੈ, ਪੁਲਿਸ ਦੇ ਹੱਥ ਹਾਲੇ ਤੱਕ ਖਾਲੀ ਨੇ। ਉਸ ਧਰਨੇ ਦੇ ਵਿੱਚ ਰੋਸ ਮਾਰਚ 'ਚ ਕਿ ਇਹਨਾਂ ਹਮਲਵਾਰਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾ। ਸੁਧੀਰ ਸੂਰੀ ਸ਼ਿਵ ਸੈਨਾ ਟਕਸਾਲੀ ਤੋਂ ਉੱਥੇ ਧਰਨੇ 'ਚ ਬੈਠੇ ਨੇ ਅਤੇ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛਦੇ ਨੇ ਕਿ ਹਿੰਦੂ ਨੇਤਾਵਾਂ ਦੀ ਸੁਰੱਖਿਆ ਦੀ ਗੱਲ ਕਰਦੇ ਨੇ ਤਾਂ ਸੁਧੀਰ ਸੂਰੀ ਇਹ ਗੱਲ ਕਹਿ ਰਿਹਾ ਕਿ ਹਿੰਦੂ ਨੇਤਾਵਾਂ ਨੂੰ ਪੁਲਿਸ ਦੀ ਸੁਰੱਖਿਆ ਦੇ ਸਹਾਰੇ ਨਹੀਂ ਰਹਿਣਾ ਚਾਹੀਦਾ। ਸਾਨੂੰ ਇੱਕ ਮਹਿੰਗੇ ਮੋਬਾਈਲ ਖਰੀਦਣ ਨਾਲੋਂ ਅਗਰ ਆਪਾਂ ਵੈਪਨ ਖਰੀਦ ਕੇ ਆਪਣੀ ਸਿਕਿਉਰਿਟੀ ਕਰ ਸਕੀਏ ਤਾਂ ਉਹ ਜ਼ਿਆਦਾ ਵਧੀਆ। ਸੁਧੀਰ ਸੂਰੀ ਨੇ ਇਹ ਗੱਲ ਕਹੀ ਹੈ ਕਿ 1% 2% ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹਦੇ 'ਚ ਗੈਂਗੈਸਟਰ ਵੀ ਆ ਗਏ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ, ਕੁਛ ਕੱਟੜਪੰਥੀ ਆ ਗਏ ਜਿਹੜੇ ਕਿ ਉਹ ਤੁਹਾਨੂੰ ਪਤਾ ਹਰ ਕਮਿਊਨਿਟੀ 'ਚ ਇਸ ਤਰ੍ਹਾਂ ਦਾ 1% 2% ਸ਼ਰਾਰਤੀ ਤੱਤਵ ਰਹਿੰਦੇ ਨੇ ਕਿ ਇਸ ਤਰ੍ਹਾਂ ਦੀ ਕਮਿਊਨਿਟੀ ਦੇ ਲੋਕਾਂ ਨੂੰ ਜਿੱਥੇ ਵੀ ਇਹ ਲੋਕ ਮਿਲਦੇ ਨੇ ਇਹਨਾਂ ਨੂੰ ਖਤਮ ਕਰ ਦਿਓ। ਵੀ ਜੇ ਤੁਸੀਂ ਇਹਨਾਂ ਨੂੰ ਫੜ ਕੇ ਅੰਦਰ ਕਰਦੇ ਹੋ ਫਿਰ ਕਿਸੇ ਨਾ ਕਿਸੇ ਪੋਲੀਟੀਕਲੀ ਪ੍ਰੈਸ਼ਰ 'ਤੇ ਪੁਲਿਸ ਜਿਹੜੀ ਆ ਉਹਨਾਂ ਨੂੰ ਥੋੜ੍ਹਾ ਡਰੋਬੈਕ ਆ ਜਾਂਦਾ ਵੀ ਉੱਪਰੋਂ ਸਿਫਾਰਿਸ਼ ਆ ਜਾਂਦੀ ਹੈ ਵੀ ਇਹਨਾਂ ਨੂੰ ਛੱਡ ਦਿਓ ਤਾਂ ਇਹਨਾਂ ਨੂੰ ਮੌਕੇ 'ਤੇ ਖਤਮ ਕੀਤਾ ਜਾਂਦਾ ਜਾਣਾ ਚਾਹੀਦਾ। ਪਰ ਮੀਡੀਆ ਨੇ ਇਸ ਸੁਧੀਰ ਸੂਰੀ ਦੇ ਇਸ ਬਿਆਨ ਨੂੰ ਬੜਾ ਤੋੜ ਮਰੋੜ ਕੇ ਪੇਸ਼ ਕੀਤਾ। ਮੈਨੂੰ ਬੜੀ ਹੈਰਾਨੀ ਦੀ ਗੱਲ ਹੋ ਰਹੀ ਹੈ, ਇੱਕ ਭੈਣ ਕੋਈ ਸਾਧ ਵੀ ਦੇਵਾ ਠਾਕੁਰ ਹੈ ਉਹਨੇ ਵੀ ਮੀਡੀਆ ਦੇ ਵਿੱਚ ਇੱਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਤਾ ਜਿੱਥੋਂ ਇਹ ਮੁੱਦਾ ਗਰਮਾਇਆ ਕਿ ਜੀ ਸੁਧੀਰ ਸੂਰੀ ਨੇ ਸਿੱਖ ਕਮਿਊਨਿਟੀ ਬਾਰੇ ਇਹ ਗੱਲਬਾਤ ਕੀਤੀ ਹੈ। ਬੜੇ ਸ਼ਰਮ ਦੀ ਗੱਲ ਹੈ ਕਿ ਤੁਸੀਂ ਕਿਸੇ ਵੀਡੀਓ ਨੂੰ ਦੇਖੇ ਬਿਨਾਂ 1% 2% ਉਹਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਉਹਦੇ 'ਚ ਕੋਈ ਵੀ ਕਮਿਊਨਿਟੀ ਦਾ ਬੰਦਾ ਹੋਵੇ ਜਿਹੜੇ 1% 2% ਸ਼ਰਾਰਤੀ ਤੱਤਵ ਲੋਕ ਨੇ ਜਾਂ ਜਿਹੜੇ ਦੇਸ਼ ਧਰੋਹੀ ਲੋਕ ਨੇ ਜਿਹੜੇ ਆਪਸ ਦੇ ਵਿੱਚ ਸਾਨੂੰ ਵੰਡਦੇ ਨੇ ਜਾਂ ਸਾਡੇ 'ਚ ਫੁੱਟ ਪਾਉਂਦੇ ਨੇ, ਇਹੋ ਜਿਹੇ ਲੋਕਾਂ ਨੂੰ ਇਸ ਤਰ੍ਹਾਂ ਹੀ ਪੇਸ਼ ਹੋਣਾ ਚਾਹੀਦਾ। ਦੇਵਾ ਠਾਕੁਰ ਨੇ ਉਹ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਵਾਇਰਲ ਕੀਤੀ ਅਤੇ ਉਹਦੇ ਨਾਲ ਮੇਰੇ ਪੰਜਾਬ ਦੇ ਸਿੱਖ ਭਰਾ ਉਹਨਾਂ ਦੀ ਪ੍ਰਤੀਕਿਰਿਆ ਆਉਣ ਲੱਗ ਗਈ ਕਿ ਜੀ ਦੇਖੋ ਜੀ ਸਿੱਖ ਕਮਿਊਨਿਟੀ ਨੂੰ ਸੁਧੀਰ ਕੁਮਾਰ ਸੂਰੀ ਨੇ ਜਿਹੜਾ ਸਿੱਖ ਕਮਿਊਨਿਟੀ ਨੂੰ ਮਾਰਨ ਦੀ ਗੱਲ ਕੀਤੀ ਹੈ ਤਾਂ ਲੋਕਾਂ ਦਾ ਓਬੀਅਸਲੀ ਜਦੋਂ ਕੋਈ ਇਸ ਤਰ੍ਹਾਂ ਦੀ ਅਫਵਾਹ ਉੱਠਦੀ ਹੈ ਤਾਂ ਲੋਕਾਂ ਦਾ ਗੁੱਸਾ ਵੀ ਉਸ ਗੱਲ 'ਚ ਵੱਧਦਾ ਹੀ ਵੱਧਦਾ ਆ। ਮੇਰਾ ਇੱਕ ਹਿੰਦੂ ਯੁਵਾ ਵਾਹਿਨੀ ਅਧਿਆਕਸ਼ ਹੋਣ ਦੇ ਨਾਤੇ ਮੈਂ ਸਾਰੇ ਪੰਜਾਬ ਦੇ ਭਾਈਆਂ ਨੂੰ ਸਿੱਖ ਕਮਿਊਨਿਟੀ ਹੈ, ਹਿੰਦੂ ਕਮਿਊਨਿਟੀ ਹੈ, ਕੋਈ ਵੀ ਹੋਰ ਕਮਿਊਨਿਟੀ ਹੈ ਕਿ ਇਹਨਾਂ ਅਫਵਾਹਾਂ 'ਤੇ ਨਾ ਜਾਓ। 1% 2% ਦੀ ਜਿਹੜੀ ਗੱਲ ਸੁਧੀਰ ਸੂਰੀ ਨੇ ਕੀਤੀ ਹੈ ਉਹ ਉਹਨਾਂ ਸ਼ਰਾਰਤੀ ਤੱਤਵਾਂ ਵਾਸਤੇ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਨੇ, ਉਹ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ। ਪਰ ਦੇਵਾ ਸਿੰਘ ਠਾਕੁਰ ਵਰਗੇ ਸਾਧ ਵੀ ਜਿਹੜੀ ਮਤਲਬ ਸੰਤ ਦੇ ਰੂਪ ਦੇ ਵਿੱਚ ਆ ਕੇ ਬਿਨਾਂ ਕਿਸੇ ਵੀਡੀਓ ਨੂੰ ਦੇਖੇ ਕਿਸੇ ਹਿੰਦੂ ਨੇਤਾ ਦੇ ਉੱਪਰ ਇਸ ਤਰ੍ਹਾਂ ਦਾ ਐਲੀਗੇਸ਼ਨ ਲਾਉਣਾ ਮੈਂ ਬਿਲਕੁਲ ਗਲਤ ਸਮਝਦਾ।
ਮੇਰੇ ਕੋਲ ਉਹਨਾਂ ਦਾ ਨੰਬਰ ਹੈ ਨਹੀਂ। ਜਦ ਮੈਂ ਉਹਨਾਂ ਦੀ ਪ੍ਰੋਫਾਈਲ ਬਰੋਲ ਲਈ, ਅੱਜ ਉਹ ਇਸ ਗੱਲ 'ਤੇ ਤਾਂ ਬੜਾ ਗਿਆਨ ਵੰਡ ਰਹੇ ਨੇ ਕਿ 1% 2% ਇਹਨਾਂ ਨੇ ਸਿੱਖਾਂ ਬਾਰੇ ਗੱਲਬਾਤ ਕਹੀ ਹੈ, ਉਹਨੂੰ ਹਿੰਦੂ ਧਰਮ 'ਚੋਂ ਕੱਢ ਦੇਣਾ ਚਾਹੀਦਾ। ਜਦ ਉਹ ਸਾਧਵੀ ਹਰਿਆਣਾ ਪਤਾ ਨਹੀਂ ਰਾਜਸਥਾਨ ਦੇ ਵਿੱਚ ਖੁਦ ਅਸਲੇ ਲਹਿਰਾ ਰਹੀ ਹੈ, ਭਗਵਾਂ ਪਟਕਾ ਬੰਨ ਕੇ ਅਤੇ ਗੋਲੀਆਂ ਚਲਾਉਂਦੀ ਉੱਥੇ ਕਿਸੇ ਫੰਕਸ਼ਨ 'ਚ ਦੇਖੀ ਗਈ, ਤਾਂ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਵੀ ਭੇਜਿਆ, ਉਹਦੇ ਲਾਇਸੈਂਸ ਵੀ ਜ਼ਬਤ ਕੀਤੇ, ਉਹ 'ਤੇ ਮੁਕੱਦਮਾ ਵੀ ਦਰਜ ਕੀਤਾ। ਤਾਂ ਉਹ ਸਾਧਵੀ ਜਿਹੜੀ ਹੈ ਇਸ ਤਰ੍ਹਾਂ ਦਾ ਗਿਆਨ ਬਿਨਾਂ ਕਿਸੇ ਤੱਥ ਨੂੰ ਜਾਚੇ ਫਰਕੇ ਉਹ ਇਸ ਤਰ੍ਹਾਂ ਦਾ ਬਿਆਨ ਜਿਹੜਾ ਦਿੰਦੀ ਹੈ, ਤਾਂ ਮੇਰੇ ਖਿਆਲ 'ਚ ਇਹ ਤੋਂ ਮੰਦਭਾਗੀ ਗੱਲ ਸਾਡੇ ਲਈ ਕੋਈ ਨਹੀਂ ਹੋਊਗੀ। ਇਸ ਮੌਕੇ 'ਤੇ ਹਿੰਦੂ ਯੁਵਾ ਵਾਹਿਨੀ ਦੇ ਪ੍ਰਧਾਨ ਪੰਜਾਬ ਦੇ DGP ਦੇ ਬਿਆਨ ਦਾ ਵੀ ਸਮਰਥਨ ਕਰਦੇ ਹੋਏ ਦਿਸੇ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਕਰਤਾਰਪੁਰ ਰਸਤੇ ਤੋਂ ਕੋਈ ਅਜਿਹੀ ਆਊਟਪੁੱਟ ਮਿਲੀ ਹੋਵੇਗੀ ਜਿਸ ਦੇ ਚੱਲਦੇ ਹੀ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਹੈ। ਦੇਖੋ, ਪਹਿਲਾਂ ਤਾਂ DGP ਸਾਹਿਬ ਦਾ ਬਿਆਨ ਕਿਸ ਤਰ੍ਹਾਂ ਸੀਗਾ ਉਹਨੂੰ ਵੀ ਉਹੀ ਗੱਲ ਆ ਜਾਂਦੀ ਹੈ ਕਿ ਆਪਾਂ ਕਿਹੜਾ ਬਿਆਨਾਂ ਨੂੰ ਤੋੜ ਮਰੋੜ ਕੇ ਆਪਾਂ ਪੇਸ਼ ਕਰਦੇ ਹਾਂ। ਜਦੋਂ ਦਾ ਆਪਣਾ ਕਰਤਾਰਪੁਰ ਕੋਰੀਡੋਰ ਖੁੱਲਿਆ ਆ, ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੇ ਨਾਲ ਨਾਲ 5-4 ਕੇਸ ਪੂਰੇ ਪੰਜਾਬ ਦੇ ਮੀਡੀਆ, ਪੂਰੇ ਹਿੰਦੁਸਤਾਨ ਦੇ ਮੀਡੀਆ ਦੇ ਆਏ ਨੇ। ਜਿਹੜੇ ਸ਼ਰਧਾਲੂ ਉੱਥੇ ਗਏ ਨੇ, ਕੁਛ ਸ਼ਰਧਾਲੂਆਂ ਕੋਲੋਂ ਨਸ਼ਾ ਫੜਿਆ ਗਿਆ, ਕਈਆਂ ਕੋਲੋਂ ਅਫੀਮ ਵੀ ਫੜੀ ਗਈ ਹੈ। ਪਹਿਲਾਂ ਮੀਡੀਆ 'ਚ ਬਹੁਤ ਗੱਲ ਉੱਠੀ ਸੀ ਵੀ ਇਹ ਚੀਜ਼ਾਂ, ਜਿਹੜਾ ਇੱਕ ਸ਼ਰਧਾਲੂ ਮੱਥਾ ਟੇਕਣ ਕਰਤਾਰਪੁਰ ਸਾਹਿਬ ਜਾ ਰਿਹਾ, ਉਹਦੇ ਕੋਲ ਇਹ ਚੀਜ਼ਾਂ ਕਿੱਥੋਂ ਆ ਰਹੀਆਂ ਨੇ? ਕਰਤਾਰਪੁਰ ਲਾਂਘੇ 'ਚੋਂ ਪੁਲਿਸ ਕੋਲ ਕੋਈ ਆਊਟਪੁੱਟ ਹੋਣੀ? ਇਹ ਅੱਜ ਇਹ ਲੋਕ ਉਸੇ ਪੰਜਾਬ ਪੁਲਿਸ 'ਤੇ ਦੋਸ਼ ਲਾ ਰਹੇ ਨੇ, ਉਹਨਾਂ ਦੇ ਪੰਜਾਬ ਪੁਲਿਸ ਦੇ ਮੁਖੀ 'ਤੇ ਦੋਸ਼ ਲਾ ਰਹੇ ਨੇ। ਪੰਜਾਬ ਦੇ ਲੋਕਾਂ ਨੂੰ ਇਹੀ ਪਤਾ ਹੋਣਾ ਚਾਹੀਦਾ ਕਿ ਅੱਤਵਾਦ ਦੇ ਟੈਪ ਦੇ ਵਿੱਚ ਸਭ ਤੋਂ ਵੱਧ ਸੰਤਾਪ ਜਿਹੜਾ ਆ ਪੰਜਾਬ ਪੁਲਿਸ ਨੇ ਭੋਗਿਆ, ਪੰਜਾਬ ਪੁਲਿਸ ਨੇ ਆਪਣੇ ਪਰਿਵਾਰ ਮਰਵਾਏ ਨੇ, ਪੰਜਾਬ ਪੁਲਿਸ ਨੇ ਪੰਜਾਬ ਦੀ ਸ਼ਾਂਤੀ ਲਈ ਹਰ ਸੰਭਵ ਪ੍ਰਯਾਸ ਕੀਤੇ ਨੇ। ਪਰ ਜਿਹੜੇ ਬਿਆਨਾਂ ਨੂੰ, ਜਿਹੜੇ DGP ਦਿਨਕਰ ਗੁਪਤਾ ਜੀ ਦੇ ਬਿਆਨ ਨੂੰ ਉਸ ਤਰ੍ਹਾਂ ਪੇਸ਼ ਕਰਨਾ, ਇਹ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਕੱਟੜਪੰਥੀ ਲੋਕ ਨੇ ਇਹਨਾਂ ਨੂੰ ਕੋਈ ਨਾ ਕੋਈ ਮਸਾਲਾ ਚਾਹੀਦਾ ਹੁੰਦਾ, ਕੋਈ ਨਾ ਕੋਈ ਅਫਵਾਹ ਚਾਹੀਦੀ ਹੁੰਦੀ ਹੈ। ਮੈਂ ਕੱਲ੍ਹ ਇੱਕ ਕੱਟੜਪੰਥੀ ਦੀ ਸੁਣ ਰਿਹਾ ਸੀ ਕਿ DGP ਵੀ ਹਿੰਦੂ ਹੈ, ਇਸ ਕਰਕੇ ਉਹ ਕਰਤਾਰਪੁਰ ਲਾਂਘੇ ਬਾਰੇ ਇਹ ਬਿਆਨ ਦੇ ਰਿਹਾ, ਸਾਰਿਆਂ ਨੂੰ ਅੱਤਵਾਦੀ ਕਹਿ ਰਿਹਾ, ਸਾਨੂੰ ਇਹਨੂੰ ਐਂ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਤਾਂ ਇਹਨਾਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਇਸ ਮੌਕੇ 'ਤੇ ਭਾਰਤਵਾਜ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਘੇਰਦੇ ਹੋਏ ਨਜ਼ਰ ਆਏ। ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਹਿੰਦੂ ਨੇਤਾਵਾਂ ਦਾ ਕਤਲ ਕਰ ਰਹੇ ਨੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਮੋਹਾਲੀ ਵਿੱਚ ਜਾਂਦੇ ਨੇ। ਪਰਮਜੀਤ ਸਿੰਘ ਧਿਓਰਾ ਜਿਹੜਾ ਅੱਤਵਾਦੀ ਰਿਹਾ, ਜਿਹਨੂੰ ਸਰਕਾਰ ਨੇ, ਉੱਚ ਨਿਆਲਿਆਂ ਨੇ ਦੋਸ਼ੀ ਕਰਾਰ ਦਿੱਤਾ ਔਰ ਜੀਵਨ ਭਰ ਉਹਨੂੰ ਜੇਲ੍ਹ 'ਚ ਰਹਿਣ ਦੀ ਸਜ਼ਾ ਦਿੱਤੀ ਹੈ, ਉਹਦੀ ਮਾਤਾ ਜੀ ਦੇ ਭੋਗ 'ਚ ਕਹਿੰਦੀ ਹੈ ਕਿ ਜਿਨ੍ਹਾਂ ਨੇ ਬੇਅੰਤ ਬੁੱਚੜ ਨੂੰ ਮਾਰਿਆ ਜਾਂ ਜਿਨ੍ਹਾਂ ਨੇ, ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਇਹ ਪੰਥ ਦੇ ਦਾਸ ਨੇ ਅਤੇ ਪੰਥ ਦੇ ਸ਼ਹੀਦ ਨੇ, ਐਡੀ ਵੱਡੀ ਸਰਵਉੱਚ ਸੰਸਥਾ ਦਾ ਇੱਕ ਧਾਰਮਿਕ ਆਗੂ ਇੱਕ ਇਸ ਤਰ੍ਹਾਂ ਦੀ ਗੱਲ ਕਰੇ ਕਿ ਇਹ ਪੰਜਾਬ ਦੇ ਹਿੰਦੂਆਂ ਲਈ ਠੇਸ ਦੀ ਗੱਲ ਨਹੀਂ ਸੀ? ਉਸ ਦੇ ਬਿਆਨ ਨੂੰ ਨਹੀਂ ਇਹ ਪੇਸ਼ ਕੀਤਾ ਗਿਆ, ਉਲਟਾ DGP ਦੇ ਬਿਆਨ ਨੂੰ ਇਹ ਪੇਸ਼ ਕੀਤਾ ਗਿਆ ਕਿ ਇਹ ਹਿੰਦੂ ਹੈ ਤਾਂ ਇਹਨੇ ਜਿਹੜੀ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਉਹਨੂੰ ਤੋੜ ਮਰੋੜ ਕੇ ਪੇਸ਼ ਕਰੋ। ਜੇ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਪੰਜਾਬ ਦੇ ਲੋਕ ਇਹ ਕੱਟੜਪੰਥੀ ਕਹਿੰਦੇ ਨੇ, ਤਾਂ ਮੇਰਾ ਇਹਨਾਂ ਕੱਟੜਪੰਥੀਆਂ ਨੂੰ ਇਹ ਜਵਾਬ ਵੀ ਹੈਗਾ ਕਿ DGP ਸਾਹਿਬ ਦੀ ਗੱਲ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਤੁਸੀਂ ਦੇਖ ਲਓ, ਜਿਹੜੇ ਅੱਤਵਾਦੀਆਂ ਨੇ ਪੰਜਾਬ ਦੇ ਹਿੰਦੂਆਂ ਦਾ ਖੂਨ ਵਹਾਇਆ ਉਹਨਾਂ ਨੂੰ ਤੁਸੀਂ ਪੰਥ ਦੇ ਸ਼ਹੀਦ ਦੱਸਦੇ ਹੋ ਕਿ ਇਹਦੇ ਨਾਲ ਹਿੰਦੂਆਂ ਦੀਆਂ ਭਾਵਨਾਵਾਂ, ਸਾਡੀਆਂ ਭਾਵਨਾਵਾਂ ਆਹਤ ਨਹੀਂ ਹੁੰਦੀਆਂ ਕਿ ਸਿੱਖਾਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਹਨ? ਸੰਗਰੂਰ ਤੋਂ ਟੋਨੀ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।